ਤੁਸੀਂ ਕਹਿ ਰਹੇ ਸੀਗੇ ਕਿ ਉਸ ਵੀਡੀਓ ਦੇ ਵਿੱਚ ਮੈਂ ਨਹੀਂਗਾ, ਉਸ ਵੀਡੀਓ ਦੇ ਵਿੱਚ ਮੈਂ ਨਹੀਂ ਆ, ਫਿਰ ਮਾਫੀਆਂ ਕਿਹੜੀ ਗੱਲ ਦੀ ਮੰਗ ਰਹੇ ਆ? ਚਰਚਾਵਾਂ ਮੀਡੀਆ ਦੇ ਵਿੱਚ ਇਹ ਵੀ ਹੈ ਕਿ ਤੁਹਾਨੂੰ ਮਾਫੀ ਦੇਣ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ, ਕਿ ਰਾਜਨੀਤੀ ਦੇ ਵਿੱਚ ਸਰਗਰਮ ਹੋ ਰਹੇ ਹੋ, ਉਸ ਹਲਕੇ ਦੇ ਵਿੱਚ ਤੁਹਾਡਾ ਚੰਗਾ ਰਸੂਖ ਹੈਗਾ, ਅਤੇ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਨੂੰ ਮਾਫੀ ਮਿਲ ਜਾਣੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਚੋਣ ਵੀ ਲੜ ਸਕਦੇ ਹੋ। ਅਜੇ ਤਾਂ ਮਾਫੀ ਮਿਲੇਗੀ ਤਾਂ ਫਿਰ ਕੁਛ ਸੋਚਾਂਗੇ, ਰਾਜਨੀਤੀ ਬਾਰੇ ਤਾਂ ਕਦੇ ਮੈਂ ਸੋਚਿਆ ਤੱਕ ਵੀ ਨਹੀਂਗਾ। ਜੇ ਮਾਫੀ ਮਿਲ ਜਾਂਦੀ ਹੈ, ਹਾਲਾਂਕਿ ਚਲੋ ਜੇ ਲੱਗ ਰਿਹਾ ਨਾਲ, ਜੇ ਮਾਫੀ ਮਿਲ ਜਾਂਦੀ ਹੈ ਤਾਂ ਫਿਰ ਅਕਾਲੀ ਦਲ 'ਚ ਹੀ ਰਹੋਗੇ? ਮੈਂ ਅਕਾਲੀ ਦਲ ਦੇ ਤੁਹਾਡੇ ਵਾਲਾ ਪਰਦਾ ਚੁੱਕਣ ਵਾਲਾ ਕੌਣ? ਕਾਂਗਰਸ ਪਾਰਟੀ ਦੀ ਉਹਦੇ 'ਚ ਤਾਂ ਕੋਈ ਗੁੱਝੀ ਰਹਿ ਹੀ ਨਹੀਂ। ਔਖੇ ਸਮੇਂ ਦੇ ਵਿੱਚ ਤੁਸੀਂ ਕਿਹਾ ਕਿ ਸਾਰੇ ਛੱਡ ਗਏ, ਪਾਰਟੀ ਵਾਲੇ ਵੀ ਛੱਡ ਗਏ, ਆਪਣੇ ਦੋਸਤ ਮਿੱਤਰ ਵੀ ਛੱਡ ਗਏ। ਉਸ ਸਮੇਂ ਜਦੋਂ ਇਹ ਵੀਡੀਓ ਲੀਕ ਹੁੰਦੀ ਆ, ਤੁਹਾਡੇ ਮੁਸੀਬਤ ਸਾਰੇ ਪਾਸੋਂ ਬਣਦੀ ਆ, ਪਰਿਵਾਰ ਦਾ ਕੀ ਰਿਐਕਸ਼ਨ ਸੀਗਾ? ਅੱਛਾ, ਕਈ ਤਾਂ ਇਹ ਕਹਿੰਦੇ ਆ ਵੀ ਠੀਕ ਹੈ, ਜਿਹਨੇ ਲੀਕ ਕੀਤੀ ਗਲਤੀ ਉਹਦੀ ਤਾਂ ਹੈ, ਪਰ ਜਿਹਨੇ ਉਸ ਵੀਡੀਓ ਦੇ ਵਿੱਚ ਕਾਰਾ ਕੀਤਾ ਉਹਦੀ ਕੋਈ ਗਲਤੀ ਨਹੀਂ? ਕੋਈ ਇੱਕ ਉਦਾਹਰਣ ਦਿਓ ਕਿ ਜਿਹਨੇ ਤੁਹਾਡੇ ਤੋਂ ਵੀ ਵੱਧ ਕੀਤੀ ਹੋਵੇ ਗਲਤੀ ਅਤੇ ਉਹਨੂੰ ਮਾਫੀ ਛੇਤੀ ਦੇਤੀ। ਮੈਂ ਸਮਝਣਾ, ਮੈਂ ਨਾਂ ਲੈ ਕੇ ਅਤੇ ਕਿਸੇ ਦਾ ਸੁੱਤੇ ਹੋਏ ਕੇਸ ਨੂੰ ਠਾਲਣਾ ਨਹੀਂ ਚਾਹੁੰਦਾ ਕਿ ਕਿਸੇ ਨੂੰ ਉਹਦਾ, ਤੁਸੀਂ ਮੰਨ ਲਓ ਕਿ ਇਸ ਤੋਂ ਵੀ ਵੱਡੀਆਂ ਗਲਤੀਆਂ ਹੋਈਆਂ। ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਚੀਜ਼ ਦਾ ਮਲਾਲ ਹੈ? ਮਲਾਲ ਹੈ ਜਿਹੜੀ ਵੀਡੀਓ ਵਾਇਰਲ ਹੋਈ ਸੀ? ਕੋਈ ਨਹੀਂ, ਗਿਲਾ ਕਰਦੇ ਹੋ ਅੱਜ ਕਿ ਅਕਾਲੀ ਦਲ ਵਾਲੇ ਖੜੇ ਨਹੀਂ ਨਾਲ? ਲੱਗਾ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਤੁਹਾਡਾ ਨਾਮ ਇੱਕ ਟਾਈਮ 'ਤੇ ਲਿਆ ਜਾਂਦਾ ਸੀਗਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੋਈ ਹੈ ਤਾਂ ਉਹ ਸੁੱਚਾ ਸਿੰਘ ਲੰਗਾ ਹੈ, ਤਾਂ ਤੁਹਾਡੀ ਗੱਲ ਪਾਰਟੀ ਦੇ ਵਿੱਚ ਮੋੜੀ ਵੀ ਨਹੀਂ ਸੀ ਜਾਂਦੀ। ਕੀ ਇਹੀ ਕਾਰਨ ਤਾਂ ਨਹੀਂ ਕਿਤੇ ਨਾ ਕਿਤੇ ਕਿ ਕੱਦ ਐਡਾ ਵੱਡਾ ਹੋ ਗਿਆ ਅਤੇ ਕਿਤੇ ਆਪਣੇ ਨਹੀਂ ਚੋਟ ਮਾਰੀ? ਜਦੋਂ ਦਿਨ ਚੰਗੇ ਹੁੰਦੇ ਨੇ ਸਾਰੇ ਯਾਰ ਬਣ ਜਾਂਦੇ ਨੇ, ਦੋਸਤ ਬਣ ਜਾਂਦੇ, ਮਿੱਤਰ ਬਣ ਜਾਂਦੇ, ਹਮਦਰਦ ਬਣ ਜਾਂਦੇ ਨੇ, ਅਤੇ ਜਦੋਂ ਬੰਦੇ 'ਤੇ ਮੁਸੀਬਤ ਬਣਦੀ ਹੈ, ਮੁਸ਼ਕਲ ਬਣਦੀ ਹੈ, ਅਤੇ ਫਿਰ ਨੇੜੇ ਤੋਂ ਨੇੜੇ ਦੇ ਮਿੱਤਰ ਵੀ ਜਿਹੜੇ ਨੇ ਪਾਸਾ ਵੱਟ ਜਾਂਦੇ ਨੇ। ਪਰ ਪਾਰਟੀ ਸਾਥ ਵੀ ਕਿੱਦਾਂ ਦਿੰਦੀ? ਜਿਸ ਤਰੀਕੇ ਦੀ ਵੀਡੀਓ ਸੀ, ਜਿਸ ਤਰੀਕੇ ਦੇ ਕੇਸ ਪੈ ਗਏ, ਪਾਰਟੀ ਇਹ ਸੋਚਦੀ ਹੋਊਗੀ ਕਿ ਸਾਡਾ ਨੁਕਸਾਨ ਹੋ ਜੂਗਾ ਜੇ ਸੁੱਚਾ ਸਿੰਘ ਲੰਗਾਹ ਦੇ ਨਾਲ ਖੜ ਗਈ? ਜੇ ਤੁਹਾਨੂੰ ਮਿਲਣ ਲਈ ਲੰਬੀਆਂ ਲੰਬੀਆਂ ਕਤਾਰਾਂ ਲੱਗ ਸਕਦੀਆਂ ਨੇ, ਤਾਂ ਫਿਰ ਸੋਨੂੰ ਲੰਗਾਹ ਨੂੰ ਅੱਗੇ ਕਰਕੇ ਤੁਸੀਂ ਬੈਕਫੁੱਟ 'ਤੇ ਕੰਮ ਕਰ ਸਕਦੇ ਹੋ? ਨਹੀਂ, ਸੋਨੂੰ ਲੰਗਾਹ ਆਪਣੇ ਥਾਂ 'ਤੇ ਕੰਮ ਕਰਦਾ, ਪਾਰਟੀ ਵਿੱਚ ਪਾਰਟੀ ਦਾ ਅਹੁਦੇਦਾਰ ਜਿਹੜਾ ਕੋਈ ਮਿਹਨਤ ਕਰੇਗਾ। ਅਸੀਂ ਵੀ ਮਿਹਨਤ ਕਰਦੇ ਰਹੇ ਹਾਂ ਅਤੇ ਤਾਂ ਹੀ ਅੱਗੇ ਆਏ ਸੀਗੇ। ਜੇ ਕੋਈ ਮਿਹਨਤ ਕਰੂਗਾ ਤਾਂ ਉਹਨੂੰ ਉਹਦਾ ਫਲ ਪਾਰਟੀ ਦਊਗੀ। ਤੁਹਾਡੇ ਹਲਕੇ ਵਾਲੇ ਪਾਸੇ ਚਲੇ ਜਾਂਦੇ ਆ, ਕਹਿੰਦੇ ਕਿ ਮਕੌੜਾ ਪੱਤਣ ਵਾਲਾ ਜਿਹੜਾ ਤੁਹਾਡਾ ਫਾਰਮ ਹਾਊਸ ਆ, ਉਹ ਬੜਾ ਚਰਚਾ 'ਚ ਰਹਿੰਦਾ। ਕਹਿੰਦੇ ਕਿ ਤੁਸੀਂ ਦਰਿਆ ਪਾਰ ਬਣਾਇਆ ਆ, ਨਾ ਉੱਤੇ ਕੋਈ ਪੁਲ ਬਣਿਆ ਤੁਹਾਡੇ ਰਹਿੰਦਿਆਂ ਤੱਕ, ਅਤੇ ਉਹ ਬਾਰਡਰ ਦੇ ਬਿਲਕੁਲ ਨੇੜੇ ਆ, ਉੱਧਰ ਸਮਾਨ ਪਾਕਿਸਤਾਨ ਆਉਂਦਾ ਵੀ ਬੜਾ ਅਤੇ ਜਾਂਦਾ ਵੀ ਬੜਾ? ਨਹੀਂ, ਉਸ 22 ਤੋਂ ਕੋਈ ਅੱਜ ਤੱਕ ਫੜਿਆ ਕੋਈ ਨਹੀਂ ਗਿਆ। ਅਕਤੂਬਰ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸੁੱਚਾ ਸਿੰਘ ਲੰਗਾਹ ਦੀ ਇੱਕ ਵਿਵਾਦਿਤ ਵੀਡੀਓ ਵਾਇਰਲ ਹੁੰਦੀ ਹੈ, ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਕਾਨੂੰਨ ਤੌਰ ਦੇ ਉੱਪਰ ਕੇਸ ਚੱਲਦਾ ਹੈ, ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਅਤੇ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ। ਇਹਨਾਂ 4 ਸਾਲਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਸੁੱਚਾ ਸਿੰਘ ਲੰਗਾਹ ਹੋਣਾ ਦਾ ਹੋਇਆ, ਕਿਉਂਕਿ ਬਹੁਤ ਵੱਡਾ ਇੱਕ ਆਧਾਰ ਉਹਨਾਂ ਦੇ ਏਰੀਏ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਸੀ। ਕਿਤੇ ਨਾ ਕਿਤੇ ਉਹਨਾਂ ਦਾ ਨਾਮ SGPC ਦੇ ਪ੍ਰਧਾਨ ਵਜੋਂ ਵੀ ਇੱਕ ਟਾਈਮ ਦੇ ਉੱਪਰ ਲਿਆ ਗਿਆ, ਪਰ ਇਸ ਵੀਡੀਓ ਨੇ ਪਾਸਾ ਹੀ ਪਲਟ ਕੇ ਰੱਖ ਦਿੱਤਾ। ਪਰ ਪਿਛਲੇ 4 ਮਹੀਨਿਆਂ ਤੋਂ ਸੁੱਚਾ ਸਿੰਘ ਲੰਗਾਹ ਲਗਾਤਾਰ ਅਕਾਲ ਤਖਤ ਸਾਹਿਬ ਵਿਖੇ ਸੇਵਾ ਕਰ ਰਹੇ ਨੇ, ਪਾਠ ਕਰ ਰਹੇ ਨੇ ਅਤੇ ਬੇਨਤੀ ਕਰ ਰਹੇ ਨੇ ਕਿ ਜੋ ਪੰਥ ਦੇ ਵਿੱਚੋਂ ਉਹਨਾਂ ਨੂੰ ਛੇਕਿਆ ਗਿਆ ਹੈ, ਜੋ ਭੁੱਲਾਂ ਉਹਨਾਂ ਕੋਲੋਂ ਹੋਈਆਂ ਨੇ, ਇਹ ਬਖਸ਼ ਦਿੱਤੀਆਂ ਜਾਣ। ਸੁੱਚਾ ਸਿੰਘ ਲੰਗਾਹ ਸਾਡੇ ਨਾਲ ਨੇ, ਹਰ ਇੱਕ ਗੱਲ ਦੇ ਉੱਪਰ, ਹਰ ਇੱਕ ਸਵਾਲ ਦੇ ਉੱਪਰ ਉਹਨਾਂ ਦੇ ਕੋਲੋਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ 4 ਸਾਲ ਦਾ ਵਕਫਾ ਸਮਾਜਿਕ ਅਤੇ ਰਾਜਨੀਤਿਕ ਤੌਰ ਦੇ ਉੱਪਰ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਹੋਇਆ। ਗੱਲਬਾਤ ਕਰਦੇ ਹਾਂ, ਮੇਰੇ ਨਾਲ ਸੁੱਚਾ ਸਿੰਘ ਲੰਗਾਹ ਮੌਜੂਦ ਨੇ। ਲੰਗਾਹ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ। ਪਹਿਲਾ ਸਵਾਲ ਇਹੀ ਕਿ ਸਮਾਜਿਕ ਅਤੇ ਰਾਜਨੀਤਿਕ ਤੌਰ ਦੇ ਉੱਪਰ ਤੁਸੀਂ ਕਿੱਡਾ ਕੁ ਵੱਡਾ ਨੁਕਸਾਨ ਮੰਨਦੇ ਹੋ ਇਸ 4 ਸਾਲਾਂ ਦੇ ਵਿੱਚ? ਮੈਂ ਇਹ ਸਮਝਦਾ ਕਿ ਬੜਾ ਦੁਖਦਾਈ ਸਮਾਂ ਇਹ 4 ਸਾਲ ਦਾ ਰਿਹਾ ਵਾ। ਸਮਾਜਿਕ ਤੌਰ 'ਤੇ ਲੋਕਾਂ ਦੇ ਦਰਸ਼ਨ ਨਾ ਕਰਨਾ, ਲੋਕਾਂ ਨਾਲ ਨਾ ਵਿਚਰਨਾ, ਇਹ ਬੜੀ ਔਖੀ ਗੱਲ ਹੈ। ਪਰ ਮੈਂ ਇਹ ਸਮਝਦਾ ਵਾਂ ਕਿ ਇਹਨਾਂ 4 ਸਾਲਾਂ ਵਿੱਚ ਮੇਰੇ 'ਤੇ ਬੜੀ ਵੱਡੀ ਮੁਸੀਬਤ ਦੇ ਸਮੇਂ ਕੇਸ ਚੱਲਿਆ ਅਤੇ ਕੇਸ ਵਿੱਚੋਂ ਮੈਂ ਬਰੀ ਹੋ ਗਿਆ। ਲੋਕ ਮੇਰੀਆਂ ਤਰੀਕਾਂ 'ਤੇ ਵੀ ਆਉਂਦੇ ਰਹੇ ਨੇ, ਹਰ ਤਰੀਕ 'ਤੇ 100, 200, 400 ਬੰਦਾ ਆਉਂਦਾ ਰਿਹਾ ਵਾ।
ਅਤੇ ਜਿੱਦਣ ਮੈਂ ਬਰੀ ਹੋਇਆ ਵਾਂ ਲੋਕਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ। ਲੋਕਾਂ ਦੇ ਖਿੜੇ ਮੱਥੇ ਵਾਲੇ ਚਿਹਰੇ ਦੇਖ ਕੇ ਅਤੇ ਮੈਨੂੰ ਹੌਸਲਾ ਮਿਲਦਾ ਰਿਹਾ ਵਾ ਅਤੇ ਉਹਦੇ ਨਾਲ ਮੈਂ ਸਮਾਜ ਵਿੱਚ ਵਿਚਰਦਾ ਰਿਹਾ ਵਾਂ। ਜਿੱਥੋਂ ਤੱਕ ਰਾਜਨੀਤੀ ਦੀ ਗੱਲ ਹੈ, ਰਾਜਨੀਤੀ ਵਿੱਚ ਮੈਂ ਉੱਪਰਲੀ ਕਤਾਰ ਵਿੱਚ ਸੇਵਾ ਕਰਦਾ ਸੀਗਾ, ਲੇਕਿਨ ਇਹ ਮੁਸੀਬਤ ਬਣਨ ਵਿੱਚ ਮੇਰਾ ਕਿਸੇ ਨੇ ਵੀ ਕੋਈ ਸਾਥ ਨਹੀਂ ਦਿੱਤਾ। ਰਾਜਨੀਤਿਕ ਤੌਰ ਦੇ ਉੱਪਰ ਕਿਸੇ ਨੇ ਤੁਹਾਡਾ ਸਾਥ ਮੇਰਾ ਕੋਈ ਸਾਥ ਨਹੀਂ ਦਿੱਤਾ। 4 ਸਾਲਾਂ ਵਿੱਚ ਮੇਰੇ ਨਾਲ ਕਿਸੇ ਨੇ ਰਾਬਤਾ ਨਹੀਂ ਕਾਇਮ ਕੀਤਾ, ਨਾ ਮੈਂ ਹੀ ਕਿਸੇ ਨਾਲ ਰਾਬਤਾ ਕਾਇਮ ਕੀਤਾ। ਤੁਸੀਂ ਚਾਹੁੰਦੇ ਸੀਗੇ ਕਿ ਸਾਥ ਕਿਤੇ ਨਾ ਕਿਤੇ ਚਾਹੀਦਾ ਸੀ? ਮੈਂ ਜਿਸ ਪਾਰਟੀ ਵਿੱਚ 30-35 ਸਾਲ ਤੋਂ ਸੇਵਾ ਕੀਤੀ ਹੋਵੇ, ਜਿਵੇਂ ਬੱਚਾ ਬਾਪ ਕੋਲੋਂ ਆਸ ਰੱਖਦਾ ਕਿ ਕਿੰਨੀ ਵੀ ਵੱਡੀ ਗਲਤੀ ਕਿਉਂ ਨਾ ਹੋ ਜਾਵੇ ਅਤੇ ਬਾਪ ਜਿਹੜਾ ਵਾ ਉਹ ਆਪਣੇ ਬੱਚੇ ਨੂੰ ਛਾਤੀ ਨਾਲ ਲਾਉਂਦਾ, ਇਸੇ ਤਰ੍ਹਾਂ ਇਹ ਮੇਰੀ ਪਾਰਟੀ ਜਿਹੜੀ ਮੇਰੀ ਮਾਂ ਸੀ ਜਿਹਦੇ ਵਿੱਚ ਮੈਂ 35-40 ਸਾਲ ਕੰਮ ਕੀਤਾ ਵਾ ਬਤੌਰ ਵਰਕਰ ਤੋਂ ਲੀਡਰ ਤੱਕ, ਅਤੇ ਜਿੱਥੇ ਮੇਰੀ ਡਿਊਟੀ ਪਾਰਟੀ ਲਾਉਂਦੀ ਰਹੀ ਹੈ ਮੈਂ ਉੱਥੇ ਮੌਤ ਦੀਆਂ ਬਾਜ਼ੀਆਂ ਲਾ ਕੇ ਵੀ ਉਹ ਕੰਮ ਜਿਹੜਾ ਵਾ ਪਾਰਟੀ ਦਾ ਕਰਦਾ ਰਿਹਾ ਵਾਂ। ਲੱਗਾ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਤੁਹਾਡਾ ਨਾਮ ਇੱਕ ਟਾਈਮ 'ਤੇ ਲਿਆ ਜਾਂਦਾ ਸੀਗਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਕੋਈ ਹੈ ਤਾਂ ਉਹ ਸੁੱਚਾ ਸਿੰਘ ਲੰਗਾ ਏ, ਤਾਂ ਤੁਹਾਡੀ ਗੱਲ ਪਾਰਟੀ ਦੇ ਵਿੱਚ ਮੋੜੀ ਵੀ ਨਹੀਂ ਸੀ ਜਾਂਦੀ। ਕਿ ਇਹੀ ਕਾਰਨ ਤਾਂ ਨਹੀਂ ਕਿਤੇ ਨਾ ਕਿਤੇ ਕਿ ਕੱਦ ਐਡਾ ਵੱਡਾ ਹੋ ਗਿਆ ਅਤੇ ਕਿਤੇ ਆਪਣੇ ਨੇ ਚੋਟ ਮਾਰੀ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਗੀ, ਪਰ ਜਦੋਂ ਮੁਸ਼ਕਲ ਆਉਂਦੀ ਹੈ ਸਾਰੇ ਛੱਡ ਕੇ ਨੱਠ ਜਾਂਦੇ ਨੇ, ਜਦੋਂ ਦਿਨ ਚੰਗੇ ਹੁੰਦੇ ਨੇ ਸਾਰੇ ਯਾਰ ਬਣ ਜਾਂਦੇ ਨੇ, ਦੋਸਤ ਬਣ ਜਾਂਦੇ, ਮਿੱਤਰ ਬਣ ਜਾਂਦੇ, ਹਮਦਰਦ ਬਣ ਜਾਂਦੇ ਨੇ, ਅਤੇ ਜਦੋਂ ਬੰਦੇ 'ਤੇ ਮੁਸੀਬਤ ਬਣਦੀ ਹੈ, ਮੁਸ਼ਕਲ ਬਣਦੀ ਹੈ, ਅਤੇ ਫਿਰ ਨੇੜੇ ਤੋਂ ਨੇੜੇ ਦੇ ਮਿੱਤਰ ਵੀ ਜਿਹੜੇ ਨੇ ਪਾਸਾ ਵੱਟ ਜਾਂਦੇ ਨੇ, ਇਹੋ ਜਿਹਾ ਸਮਾਂ ਜਿਹੜਾ ਵਾ ਮੇਰੇ 'ਤੇ ਆਇਆ ਵਾ। ਅਤੇ ਮੈਂ ਆਸ ਰੱਖਦਾ ਸੀਗਾ ਵੀ ਮੈਨੂੰ ਜਿਹੜੀ ਮੇਰੀ ਮਾਂ ਪਾਰਟੀ ਹੈ ਜਿਹਦੇ ਵਿੱਚ ਮੈਂ ਇੰਨਾ ਲੰਬਾ ਸਮਾਂ ਕੰਮ ਕੀਤਾ ਵਾ, ਜਿਹਦੇ ਬਾਰੇ ਮੈਂ ਕਦੇ ਵੀ ਕੋਈ ਬੁਰੀ ਗੱਲ ਸੁਣ ਵੀ ਨਹੀਂ ਸੀ ਸਕਦਾ, ਉਸ ਪਾਰਟੀ ਕੋਲੋਂ ਆਸ ਤਾਂ ਮੈਂ ਰੱਖਦਾ ਸੀਗਾ ਵੀ ਉਹਦੇ ਵਿੱਚੋਂ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਜਿਹੜਾ ਵਾ ਮੇਰੀ ਸੌਖੀ ਘੜੀ ਵਿੱਚ ਮੇਰੀ ਪਿੱਠ 'ਤੇ ਹੱਥ ਰੱਖੂਗਾ। ਪਰ ਪਾਰਟੀ ਸਾਥ ਵੀ ਕਿੱਦਾਂ ਦਿੰਦੀ? ਜਿਸ ਤਰੀਕੇ ਦੀ ਵੀਡੀਓ ਸੀ, ਜਿਸ ਤਰੀਕੇ ਦੇ ਕੇਸ ਪੈ ਗਏ, ਪਾਰਟੀ ਇਹ ਸੋਚਦੀ ਹੋਊਗੀ ਕਿ ਸਾਡਾ ਨੁਕਸਾਨ ਹੋ ਜੂਗਾ ਜੇ ਸੁੱਚਾ ਸਿੰਘ ਲੰਗਾਹ ਦੇ ਨਾਲ ਖੜ ਗਏ? ਮੈਂ ਇਹ ਸਮਝਦਾ ਵਾਂ ਕਿ ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹ ਸੀਗਾ ਪੰਜਾਬ ਦਾ ਜੀ, ਉਹਦੇ 'ਤੇ ਵੀ ਇਹ ਕੇਸ ਬਣਿਆ ਸੀਗਾ, ਅਤੇ ਉਹਨੂੰ ਰਾਜ ਵਾਲੇ ਲੋਕ ਛੱਡ ਕੇ ਤਾਂ ਨਹੀਂ ਗਏ, ਉਹਨੂੰ ਮਾਫ਼ੀ ਦਵਾਈ ਸੀਗੀ, ਉਹਦੇ ਨਾਲ ਖਲੋਤੇ ਸੀਗੇ। ਗਲਤੀ ਤਾਂ ਹਰ ਇਨਸਾਨ ਕੋਲ ਹੋ ਸਕਦੀ ਹੈ, ਹਰ ਇਨਸਾਨ ਕੋਲੋਂ ਗਲਤੀ ਹੋ ਸਕਦੀ ਹੈ, ਪਰ ਮੈਂ ਸਮਝਣਾ ਕਿ ਜਿੱਥੇ ਇੰਨਾ ਸਮਾਂ ਲੰਬਾ ਕੀਤਾ ਹੋਏ ਉੱਥੇ ਗਲਤੀ ਹੁੰਦਿਆਂ ਵੀ ਉਹਨੂੰ ਸਿੱਧੇ ਰਾਹ ਪਾਉਣ ਲਈ ਪਰਿਵਾਰ ਜਿਹੜਾ ਵਾ ਉਹ ਕੋਸ਼ਿਸ਼ ਕਰਦਾ। 4 ਸਾਲ ਦਾ ਲੰਬਾ ਸਮਾਂ ਹੋ ਗਿਆ, ਤੁਹਾਨੂੰ ਲੱਗਦਾ ਕਿ ਇਹ ਗਲਤੀ ਐਡੀ ਵੱਡੀ ਨਹੀਂ ਸੀ ਕਿ ਇੰਨਾ ਲੰਬਾ ਹੋ ਗਿਆ ਕੰਮ? ਮੈਂ ਇਹ ਸਮਝਦਾ ਵਾਂ ਕਿ ਇਹ ਮੁੱਕ ਜਾਣਾ ਚਾਹੀਦਾ ਸੀਗਾ, ਜਦੋਂ ਮੈਂ ਕੇਸ 'ਚੋਂ ਬਰੀ ਹੋ ਗਿਆ ਵਾਂ ਫੌਰੀ ਤੌਰ 'ਤੇ ਸੁਣਵਾਈ ਹੋ ਜਾਣੀ ਚਾਹੀਦੀ ਸੀਗੀ, ਕਿਉਂਕਿ ਮੈਂ ਰੱਬ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਮੰਨਣਾ ਵਾਂ ਕਿ ਸੈਕਿੰਡ ਸਟੇਜ ਜਿਹੜੀ ਹੈ ਰੱਬ ਤੋਂ ਬਾਅਦ ਇਹ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀ ਹੈ, ਅਤੇ ਜਥੇਦਾਰ ਸਾਹਿਬ ਜਿਹੜੇ ਨੇ ਇਹ ਕਿਸੇ ਦੇ ਦਬਾਅ ਥੱਲੇ ਨਹੀਂ ਗਏ, ਸੁਤੰਤਰ ਨੇ, ਆਜ਼ਾਦ ਨੇ। ਅਤੇ ਮੈਂ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ, ਮੈਂ ਬੇਨਤੀਆਂ ਕੀਤੀਆਂ ਨੇ, ਮੇਰੇ ਮਾਂ ਬਾਪ ਨੇ ਵੀ ਬੇਨਤੀ ਕੀਤੀ ਹੈ, ਅਸੀਂ ਮਿੰਨਤਾਂ ਬਹੁਤ ਕੀਤੀਆਂ ਨੇ, ਪਰ ਪਤਾ ਨਹੀਂ ਕੀ ਕਾਰਨ ਹੈ ਮੇਰੀ ਜ਼ਿੰਦਗੀ ਦਾ, ਕੀ ਆਪਣੇ ਖੜੋਤ ਆਈ ਹੈ ਕਿ ਸਿੰਘ ਸਾਹਿਬ ਨੇ ਜਿਹੜੀ ਹੈ ਉਹ ਅਜੇ ਗੌਰ ਨਹੀਂ ਜੀ ਕੀਤੀ। ਕੋਈ ਗਿਣਤੀ ਹੈ ਚਿੱਠੀਆਂ ਦੀ ਕਿ ਕਿੰਨੀਆਂ ਚਿੱਠੀਆਂ ਤੁਸੀਂ ਲਿਖ ਚੁੱਕੇ ਹੋ? ਅਣਗਿਣਤ ਚਿੱਠੀਆਂ ਜਿਹੜੀਆਂ ਨੇ ਅਸੀਂ ਦਿੱਤੀਆਂ ਨੇ, ਸੰਗਤ ਦੇ ਵਿੱਚੋਂ ਵੀ ਲੋਕ ਬਹੁਤ ਸਾਰੇ ਮਿਲੇ ਨੇ, ਅਤੇ ਮੈਨੂੰ ਰੱਬ 'ਤੇ ਭਰੋਸਾ ਵਾ ਕਿ ਮੈਨੂੰ ਰੱਬ ਨੇ ਮੇਰੀ ਬਾਂਹ ਫੜਨੀ ਹੈ, ਅਤੇ ਰੱਬ ਕਦੇ ਵੀ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਉਹਦੇ ਘਰ 'ਚ ਮਾਫ਼ੀ ਹੈ, ਦੇਰ ਹੈ ਅੰਧੇਰ ਨਹੀਂ। ਅਤੇ ਅਕਾਲ ਤਖ਼ਤ ਸਾਹਿਬ 'ਤੇ ਅੱਜ
तक जिन्हें भी शख्सियत आई ने मेरे नालों भी खतरनाक स्टेजा के लोग आए ने। कोई एग्जाम्पल दे सकते हो किसी ने? नहीं, मैं एग्जाम्पल की देनी है तो मैं समझना वा कि उन्होंने भी जो माफ़ी मिली है तो मैनू भी इस घर चो माफ़ी मिलेगी। इस का घर माफ़ी एक उदाहरण दो कि जिन्हें थोड़े तो भी वध की हो गलती तो उन्होंने माफ़ी छेती देती हो। मैं समझना मैं ना लैके तो किए सुते हुए केस न ठालना नहीं चाहता कि मैं आख्या कई ऐसे लोग भी ने जिन्हों के उत्ते पड़दा पिया हो लेकिन गलतियां तो उन्होंने भी है ने समाज के लोगों पता वा पर लेकिन उन्होंने पड़दा पिया वा किसी का पड़दा चुकया गया किसी का पड़दा पै गया जिहदा पड़दा पै जांदा वा ओ चंगा तो जिहदा पड़दा चुकया जाए अरदास भी अही करने ना परलोक पढ़ते कजी पर्दा चुकने वाला कौन कांग्रेस पार्टी की कोई गुजी रह ही नहीं गई। कांग्रेस पार्टी ने गिण मिथ के सब कुछ किया सिर्फ प्लानिंग करके किया। अच्छा एक थोड़ा जहा मेरा निजी सवाल है कि औखे समय के सारे छड गए पार्टी वाले भी छड गए अपने दोस्त मित्र भी छड गए उस समय जदों ये वीडियो लीक होंदी आ तुहाडे मुसीबत सारे पासों बनदी आ परिवार का की रिएक्शन सीगा? मैं समझना कि मेरे दोवें बेटे मेरे जवाई जिहड़े ने वो मेरे नाल इस तरह चंबड़ गए भी जिन्हां दे नाल मैनूं बहुत हौसला मिलिया नहीं तो इस स्टेज पर बंदा जिहड़ा वा आत्महत्या भी कर सकदा वा कोई होर भी फैसला लै सकदा वा लेकिन मेरिआं बच्चिआं ने मेरे परिवार ने मैनू एडा वड्डा हौसला दे के मैनू बाहां तो फड़ के मैनू गल ना ला के तो इन्ने ज़्यादा मतलब मैनू हौसला दिता कि मैं उहदे नाल तगड़ा होया और इस मुसीबत का टाकरा करन दे काबिल। सुच्चा सिंह लंगाह वर्गे एडे वड्डे कद वाले इंसान नू भी लगदा सीगा कि मैं डोल जूंगा किते ना किते? एक दृश्य ही इस तरह का हैगा भई जिहड़ा इन्हां ने कीता वा धियां विच पुत्रां विच बच्चियां विच बंदे लई खलोना बहना उहदा टाकरा करना मैं समझना कि मौत वर्गा सी पर फिर भी रब ने कृपा की परमेशर ने शक्ति दिती तो इस भयानक दौर विचों मैं निकल गया। अच्छा कई तो यह कहें भी ठीक है जिन्हें लीक की गलती वो तो है पर जिन्हें उस वीडियो के कारा किया कोई गलती नहीं? मैं समझना उन्होंने साफ ही कहता भी मैं है ही नहीं ये फेक बनाई हुई है इसे बनाते तो अदालत ने बरी किया उन्हें क्या फेक बनाई हुई है। हुण यही सवाल होंदा कि उस औरत वालों केस भी वापस ले लिया गया तुसी बरी हो गए उहदे विचों कानूनन तौर दे उपर तुसी क्लीन चिट तुहानूं मिली किसे ने केस वापस नहीं लिया केस दी स्पैशल बहस हुई है जी केस दीआं गवाहियां होईआं ने बहस हुई है 30-35 गवाह होए ने केस का फैसला जज साहब ने आखिरी लिया वा उही गल है कि तुसी बरी हो गए तुहानूं कानूनन तौर दे उपर क्लीन चिट मिल गई फिर एडा क्यों इधर जे आप धार्मिक तौर पर देखा जाए पंथ च अजे तक क्यों नहीं तुहानूं इनवॉल्व किया जा रहा राजनीतिक मानते हो कि पक्ष हो सकता? मैं समझना वा कि ये सवाल सिंह साहब तो है बनता वा भी उन्हें क्यों नहीं अजे मतलब किया। मैं तो सिंह साहब नूं रब तो बाद सैकंड नंबर पर उन्होंने समझना वा मैं तो उन्होंने कोई दलीलबाजी भी नहीं कर सकता जो उन्होंने हुक्म है मेरे लिए रब का हुक्म है। अच्छा इन्ह 4 साल के बाद मुलाकात थोड़े न मेरी हुई तो सेहत पक्षों भी बड़े कमजोर तो अज गल बड़क भी बड़ी घट लग रही है इन 4 साल निम्रता भी मैं लगता कि बहुत थोड़े जा गई जो मुसीबत होंगी है ना फिर बंदा बाणी नाल जुड़ता रब नाल जुड़ता वा अकाल पुरख नाल जुड़ता वा तो जो अकाल पुरख नाल जुड़ता फिर निम्रता जी वध जाती है जो उन्हों कोई सहारा नहीं गा मिलता सवाए रब तो तो फिर निम्रता अपने आप ही बढ़ जाती है। अच्छा एक सवाल मेरा पिछे रह गया कि जदों रिएक्शन थोड़ा निजी सवाल है कि उदों फिर पत्नी का जां तुहाडे जिहड़े परिवारक मैंबर ठीक है तुहाडे बेटिया ने तुहानूं संभालिया तो उन्हां दा रिएक्शन की सीगा? साथ उन्हां दा मेरे मेरे मोढ़े नाल मोढ़ा जोड़ के खलोते ने तुहाडे मन च आउंदा सीगा कि मैं समझदा सीगा भी इह बड़ी औखी घड़ी है पर मेरा परिवार जिहड़ा वा रिश्तेदार आ मेरे दोस्त मित्र मैनूं चंबड़ी गए मैनू उन्होंने इन्नी शक्ति दी इन्नी आशीर्वाद दी
कि उन्होंने आशीर्वाद के नाल मैं बहुत तगड़ा होया वा। मेरा कोई दोस्त मेथों परा नहीं गया, मेरे कोई रिश्तेदार मेथों परा नहीं गया, मेरे कोई परिवार का जी नहीं जिन्हें मेरे नाल नफरत की हो, मेरे दुख दे विच वो मेरे मेरी जान बन गई तो उहदे नाल मैनूं बड़ा ताकत। अच्छा तुसीं कह रहे सीगे कि उस वीडियो दे विच मैं नहीं गा, उस वीडियो दे विच मैं नहीं हाँ, फिर माफ़ियाँ कड़ी गल दी मंग रहे हैं? मैं ये समझना वा कि ये एक वादक सवाल है, अकाल तख्त ते केस गया है, ये बारे मैं कुछ भी नहीं कहना चाहता। मैं तो अकाल तख्त नूं सिर्फ निम्रता नाल बेनती करना, तरला मारना, मिन्नत करना, अरदास करना, जोदड़ी करना कि निरंकार दे तख्त ते विराजमान ने सिंह साहब ते मेरा केस सुन के मैनूं जो सज़ा बनती है देण, मैं उत्थे कोई दलील बाजी नहीं करनी चाहता। जो भी वो सज़ा देंगे जो भी मेरे खिले मत्थे मैं प्रवान करांगा। चार महीने हो गए तुहानू, मैनू अज ही कोई दस रहा सीगा 120-121 दिन हो गए तुहानू लगातार तुसी सवेरे अपने पिंडों चल के आउंदे हो, सेवा करदे हो इत्थे, ते कोई गलबात इस दौरान हो रही है किसी दे नाल कि, क्योंकि चर्चावां मीडिया दे विच ये भी है कि तुहानू माफ़ी देण दीआं पूरीआं तैयारियां चल रहीआं ने? पता नहीं चलदीआं ते है ने, सिंह साहब जिहड़े ने सोचदे भी होणगे की डिचण है, तो रब ही जानता वा, जां सिंह साहब नूं पता होएगा। मेरा तो इक्को ही एम है कि मैं सवेरे उठना 75 मील पैंडा करके तो दरबार साहब आउना, तो दरबार साहब पाठ पूजा करके तो रब के चरणों में अकाल तख्त अरदास करके तो फिर मैं 75 मील जाके घर वापस चला जाता वा। लगभग अद्धे तो वध दिन निकल जाता वा। रूटीन की रहती है, क्योंकि मैं एक दो वीडियोज़ भी देख रहा सीगा कल दियाँ ही शायद सीगा, तुसी एक कमरे च बैठे हो तो अनु मिलन दे लई लोकां दियां कतारां लगियां होईयां ने, तो फिर वो तुसी समाजिक तौर दे उपर लोकां नू मिल गिल रहे हो? जिहड़ा कोई बंदा मैनू मिलन आउंदा वा वो संगत दे रूप विच आउंदा है, संगत नू मैं ना थोड़ी कर सकदा। संगत ते आंदे ने भी 20-20 परमात्मा ते 21-20 संगत है। जे संगत मैनू आशीर्वाद दऊगी ते अकाल तख्त दे सिंह साहब के मन में भी रब वसूगा। संगत नूं ना थोड़ी की जाए, संगत की तो धूड़ी मत्थे ते लाउणी चाहीदी है। इहदा दूजा पक्ष यह है कहिंदे कि राजनीति दे विच सरगर्म हो रहे हो, उस हल्के दे विच तुहाडा चंगा रसूख हैगा, तो 2022 दीआं इलैक्शनां तों पहलां तुहानूं माफ़ी मिल जाणी है, तो उस तों बाद तुसीं चोण भी लड़ सकदे हो। अजे तो माफ़ी मिलेगी तो फिर कुछ सोचांगे, राजनीति बारे तो कदे मैं सोचिया तक भी नहीं गा भी राजनीति च लड़ाई लड़नी है तां जां मैं राजनीतिक इकट्ठ करने हैं। हुण कल किड्डा वड्डा इकट्ठ जिहड़ा डेरे बाबे नानक हलके दा होया वा, तो मैं घर ही बैठा रहा, मैं गया ही नहीं गा। क्यों तुसीं हुण राजनीतिक सफ़र अगे वधाउणा नहीं चाहुंदे कि जां मन दे कोई खत्म हो गया? नहीं नहीं, राजनीतिक सफ़र तो शुरू ही तां होएगा ना जे मैनू परमात्मा मेरे आशीर्वाद देंदा, मैनू पंथ विच शामिल करदे आ, फिर ही किते सोचा जा सकता। जे तुहानू मिलण लई लंबियां लंबियां कतारां लग सकदियां ने, तो फिर सोनू लंगाह नूं अगे करके तुसीं बैकफुट ते कम कर सकदे हो? नहीं, सोनू लंगाह अपने थां ते कम करदा, पार्टी विच पार्टी दा अहुदेदार जिहड़ा कोई मेहनत करेगा, असीं भी मेहनत करदे रहे हां ते तां ही अगे आए सीगे, जे कोई मेहनत करूगा ते उहनूं उहदा फल पार्टी दऊगी। अच्छा एक गल क्लीयर कर दिओ कि जे माफ़ी मिल जाती है, हालांकि चलो जे लग रहा नाल, जे माफ़ी मिल जाती है तो फिर अकाली दल च ही रहोगे? मैं अकाली दल दे मेरी मां पार्टी रही है, मेरी हमदर्दी उहदे नाल जुड़ी है पंथ नाल, मैं होर किथे किहड़े खूज पैणा वा। गिला करदे हो अज कि अकाली दल वाले खड़े नहीं नाल? मन च हुंदा तो हैगा पर कोई चारा नहीं गा, कोई चारा नहीं है। अच्छा एक गल यह भी है कि तुहाडे हल्के वाले पासे चले जाने हैं, कहिंदे कि मकौड़ा पत्तन वाला जिहड़ा तुहाडा फार्म हाउस वो बड़ा चर्चा च रहिंदा, कहिंदे कि तुसीं दरिया पार बनाया आ ना उत्ते कोई पुल बनिया तुहाडे रहिंदिआं तक, तो वह बॉर्डर के बिल्कुल नेड़े आ, उधर समान पाकिस्तान आउंदा भी बड़ा तो जांदा भी बड़ा उधर। नहीं उस बाई तो कोई अज तक फड़िया कोई नहीं गया, वो जिहड़े 12 पिंड ने 10-12 पिंड ने वो तो एक किस्म के सज़ा के रूप में बेचारे रह रहे ने, भी तिना पासियां ते दरिया लगता वा, चौथे पासे पाकिस्तान आ, कई कई महीने वो कटिया रहिंदा वा, उत्थे पुल भी नहीं हैगा, लकड़ी का पुल भी मैं ही मंजूर किया सीगा, ते वो हुण तकरीबन 8-9 महीने वो पुल रहिंदा वा, ते 3 महीने बरसातां विच उहनूं चुक लैंदे ने, ते जे कोई बड़ा संजीदगी नाल कम करेगा तो उत्थे पुल बन जूगा। पुल तां शायद हुण मंजूर हो गया, उत्थे पुल शायद बन भी रहा आ? नहीं नहीं अजे नहीं बन रहा, अजे नहीं कोई भी गल, पर यह है कि बारी सालियां दे रूड़ी दी भी सुनी जांदी, वह 12 पिंड जिहड़े बद किस्मते ने उन्हां दी कदे ना कदे रब सुनेगा। गलती तो फिर तुहाडी है ना कि तुसीं 2 वारी मंत्री रहे हो, उत्थे तुसीं पुल ही नहीं बनाया?
नहीं मेरी गलती नहीं गी क्योंकि मेरा हलका भी नहीं है मैं तो जो कर सकता है उन्होंने किया शर्क उत्थे नहीं सी फार्म हाउस तो बड़ा चर्चा रहा इस करके उस सवाल मैं फार्म हाउस से चलो जी जमीन है बंदे ने वाहनी होंगी है कदे हफ्ते पंद्रह दिन गेड़ा बजता ही रहा वा लेकिन उत्थे ना शर्क सी कि ना बिजली सी जो मैं जमीन लई है मैं 97 च लई सी 2500 नूं किला तो कई साल मैं गया ही नहीं गा तो उत्थे ना शर्क सी ना बिजली सी ना कोई सहूलत सी अज उत्थे शर्कां च बनिया ने तो वह भी अपनी सरकार वेले साडे अकाली दल की सरकार वेले बनिया बिजली लोगों को चली गई ट्यूबवैल मिले कुछ लोगों को पिछली बारी कनैक्शन मिल गए अपने प्रायोरिटी वाले लकड़ी का पुल बन गया राह माड़े मोटे बन गए नहीं तो उत्थे तो सैकल नहीं चलता। अच्छा फिर ये चर्चा क्यों रही है तुहाडे बारे परसैप्शन क्यों ये वाली कि बार्डर पारों समान आउंदा भी बड़ा तुहाडे फार्म च ते उत्थों जांदा भी बड़ा अज तक तो किसी ने की नहीं गी तो ना के कोई इदा की गल है ही है तो ना इदा का कोई अज तक वाकया जदों का पाकिस्तान बनया वा जां हिंदुस्तान बनया वा उदों का कोई उधर का होया वा तुहाडे बेटे दे उपर भी हीरोइन दा केस पिया कोई नहीं पिया बाहर कोई कोई पिया नहीं का राजनीतिक लोग खज्जल खराब करते हैं राजनीतिक लोग जड़े करते हैं पहला भी किया हूँ भी करते हैं गांव भी मैं इन्होंने को विरोधियों को आस रखी जा सकती है विरोधी मानते किनू तुसी क्योंकि कांग्रेस को मानने कांग्रेस के जोड़े मिनिस्टर ने उन्होंने मानने जिन्होंने हराया जिन्होंने अही लगातार जिन्होंने लड़ते रहे हैं जिन्होंने खिलाफ अं बोलते रहे हैं जिन्होंने अही पार्टी हूँ मेरे वेले दो बारी अं सारा सारा जिला जित जाते रहे हैं सारे ही MLA जित जाते रहे हैं मैं 30 साल लगातार मैं जिले का प्रधान रहा वा तो अं दो बारी सरकार बनी जी जिद मैं वजीर रहा वा सारे सारे MLA जित जाते रहे हैं। अच्छा 17 के जो थोड़ा कद सीगा क्योंकि दो बारी तुसी मंत्री रहे तो 1,045 वोटों के नाल तुसी रंधावा साहब होना तो हारे उहदे विच कमी की लगी कि लगातार जितते आए इस करके जां कोई होर चक्कर उदों सरकार दे खिलाफ 10 साल लगातार सरकार सीगी ते सरकार दे लोक खिलाफ सी एक जिहड़ा आम पार्टी दा कैंडीडेट सीगा उह अकाली दल चों गया सीगा उह 15-16 हज़ार वोट लै गया ते उह भी अकाली दल दी मतलब गई ते आम पार्टी ने पंजाब च ही खोरा लाया सीगा तो मैं ही 1,100 वोट पर रह गया कोई बहुत ही वड्डी गल नहीं सी। हल्के दे विच फिर पिछले 4 साल तो सोनू लंगा होनी एक्टिव ने आहो जांदा पार्टी उन्हों जो ड्यूटी देंदी है निभाउंदे ने ते जे इधरों माफ़ी मिल जाती है तो पार्टी ड्यूटी देंदी है तुसी लड़न नूं तैयार हो चो लड़न वाली तो अजे मैं कदे सोचिया भी नहीं गा मैं इलैक्शन लड़नी है मैं तो अजे मैनू पंथ विच शामिल करनगे फिर माइंड मेरा बनेगा मेरा मन बनेगा तो फिर ही है ना कि कोई अजय तो की पता मन बनना कि नहीं बनना। अच्छा ये आप क्लीयर कर दिए लोगों भी जी पिछले 4 महीनों तो सेवा कर रहे हो जा उत्थे जा रहे हो ये राजनीतिक कोई मुफाद नहीं है नहीं ये का गुरु महाराज के तो जिन्ना मैं कहना वा गुरु महाराज के जिन्या जिन्हें गेड़े मारे ने मैं गुरु घर के बरी हाँ तो गुरु मैनू शक्ति दूगा गुरु मैनू आशीर्वाद दूगा गुरु मेरा जिंदगी का रस्ता अगला खोलूगा ये तो एक किस्म की इस नाल मेरी बंदगी शुरू हो गई मैनू कोई बोझ नहीं पे मैं रोज़ अकाल तख्त ते आउंदा वा कोई मेरे मन ते बोझ नहीं गा। अच्छा आखिरी सवाल आ मेरा कि जिहड़ी वीडियो वायरल हुई सी उस चीज़ का मलाल है कि मलाल है जिहड़ी वीडियो वायरल हुई सी कोई नहीं मलाल कोई नहीं तुसी अज भी कहिंदे हो कि उस वीडियो 'च तुसी नहीं मैं ये वाद वाले सवाल 'च मैं तुहानू पहला जवाब दे चुका कि मेरा जिहड़ा अकाल तख्त दे नाल मैं जुड़िया होया अकाल तख्त ते केस गया मैं इहदे बारे मैं कुछ नहीं कह सकता क्योंकि इस करके क्योंकि कानून तौर दे उपर तां तुसीं बरी हो गए तां हुण अकाल तख्त साहिब मैं कानून नूं भी इक लांबे छड्डना पई मेरा केस ही अकाल तख्त ते आ मैं कानून कनान वाले पासे ते तुरदा ही नहींगा भी जो अकाल तख्त फैसला करूगा मेरे लिए उह रब दा फैसला ते मैं उहनूं प्रवान करांगा किसे भी तरहां दा फैसला होगा। तो आखिर दे विच कोई अपने हल्के दे जां पंजाब दे लोकां नूं कुछ कहना चाहुंदे क्योंकि लोग बड़े नाराज़ हैं। मैं श्रोमणी कमेटी की एग्जैक्टिव नूं धर्म प्रचार कमेटी के मैंबर साहबानां नूं श्रोमणी कमेटी के प्रधान नूं धार्मिक शख्सियतां नूं साधु संतां नूं महापुरशां नूं
ਚਰਨਾਂ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਮੇਰੀ ਸਿਰ 'ਤੇ ਹੱਥ ਰੱਖੋ ਅਤੇ ਮੈਨੂੰ ਪੰਥ ਵਿੱਚ ਵਾਪਸ ਕਰਾਓ, ਮੈਨੂੰ ਰੱਬ ਕੋਲੋਂ ਆਸ਼ੀਰਵਾਦ ਦਿਵਾਓ, ਮੈਂ ਮੇਰੇ ਲਈ ਜੀਣਾ ਔਖਾ ਵਾ। ਧੰਨਵਾਦ ਲੰਗਾਹ ਸਾਹਿਬ ਗੱਲਬਾਤ ਕਰਨ ਦੇ ਲਈ। ਸੋ ਵਿਭਾਗ ਤਰੀਕੇ ਦੇ ਨਾਲ ਸੁੱਚਾ ਸਿੰਘ ਲੰਗਾਹ ਹੋਣਾ ਨੇ ਗੱਲਬਾਤ ਕੀਤੀ ਹੈ, ਕਿਉਂਕਿ ਕਈ ਤਰ੍ਹਾਂ ਦੇ ਵਿਵਾਦ, ਲੋਕ ਵੀ ਬੜੇ ਨਾਰਾਜ਼ ਨੇ ਇਹਨਾਂ ਤੋਂ ਕਿ ਜਿਹੜਾ ਐਡੇ ਵੱਡੇ ਕੱਦ ਵਾਲਾ ਲੀਡਰ ਹੋਵੇ ਤਾਂ ਇਦੋਂ ਜਦੋਂ ਵਿਵਾਦ ਵੀਡੀਓ ਵਾਲਾ ਜੁੜਿਆ ਤਾਂ ਉਸ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਤੌਰ 'ਤੇ ਬਹੁਤ ਵੱਡਾ ਇਹਨਾਂ ਨੂੰ ਨੁਕਸਾਨ ਹੋਇਆ। ਪਰ ਹੁਣ ਇਹ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸੇਵਾ ਕਰ ਰਹੇ ਨੇ, ਪਾਠ ਕਰ ਰਹੇ ਨੇ ਅਤੇ ਬੇਨਤੀ ਕਰ ਰਹੇ ਨੇ ਕਿ ਮੈਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਜਾਵੇ। ਇੱਕ ਗੱਲ ਹੋਰ ਇਹਨਾਂ ਨੇ ਨਾਲ ਵੱਡੀ ਆਖੀ ਕਿ ਪਰਿਵਾਰ ਦੇ ਵੱਲੋਂ ਇਹਨਾਂ ਨੂੰ ਬਹੁਤ ਵੱਡਾ ਸਾਥ ਮਿਲਿਆ, ਨਹੀਂ ਤਾਂ ਮਨ ਦੇ ਵਿੱਚ ਇਹਨਾਂ ਦੇ ਵੀ ਆ ਰਿਹਾ ਸੀ ਕਿ ਕਿਤੇ ਨਾ ਕਿਤੇ ਜੀਵਨ ਲੀਲਾ ਖਤਮ ਕਰ ਦਿੱਤੀ ਜਾਵੇ, ਕਿਉਂਕਿ ਸਮਾਜ ਦੇ ਵਿੱਚ ਵਿਚਰਨਾ ਬਹੁਤ ਔਖਾ ਹੋ ਗਿਆ ਸੀ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ, ਕਿਉਂਕਿ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ ਨੂੰ ਮਾਫ਼ੀ ਦੇ ਕੇ ਸਿਆਸਤ ਦੇ ਵਿੱਚ ਮੁੜ ਤੋਂ ਲਿਆਂਦਾ ਜਾਵੇਗਾ, ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਤਰੀਕੇ ਦਾ ਹੋਵੇਗਾ। ਕੈਮਰਾਮੈਨ ਪਰਵਿੰਦਰ ਅਤੇ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।